ਸਰਕਾਰ ਸਿੰਘ ਜੀ ਕੀ ਗੱਲ ਹੋਈ ਆਪਣੀ ਜਿਹੜੀ ਤੁਸੀਂ ਸਰ ਚੌਂਕੀ ਇੰਚਾਰਜ ਨਵਾਂ ਪਿੰਡ ਜਿਹੜਾ ਜਗੀਰ ਸਿੰਘ ਉਹਦੇ ਕੋਲ ਆਮ ਲੋਕਾਂ ਨਾਲ ਦੁਰਵਿਹਾਰ ਕਰਦਾ ਸੀ ਅਤੇ ਦੁਕਾਨਾਦਾਰਾਂ ਨੂੰ ਵੀ ਗਲਤ ਮਲਤ ਬੋਲਦਾ ਸੀ ਅਸੀਂ ਸਾਬਕਾ ਸਰਪੰਚ ਹਾਂ ਉਹਨੂੰ ਸਾਡੇ 'ਤੇ ਸ਼ੱਕ ਹੋ ਗਿਆ ਵੀ ਇਹਨਾਂ ਬਲੀ ਕਰਾਈ ਆ ਜਿਹਦੇ ਵਿੱਚ ਨਾ ਕੋਈ ਅਸੀਂ ਅਫਸਰ ਹਾਂ ਨਾ ਕੋਈ ਅਸੀਂ ਕੋਈ ਮੁੱਖ ਮੰਤਰੀ ਹਾਂ ਨਾ ਕੋਈ MLA ਸਾਹਿਬ ਹੈ ਅਸੀਂ ਜਿਹੜੀ ਸਾਡੇ ਕਹਿਣ 'ਤੇ ਇਹਦੀ ਬਦਲੀ ਹੋ ਸਕਦੀ ਸੀ ਅਤੇ ਕੱਲ੍ਹ ਸਾਡੇ ਫੁੱਫੜ ਜੀ ਦੀ ਡੈਥ ਹੋਈ ਸੰਗਤ ਘਰ ਬੈਠੀ ਸੀ ਪੂਰੀ ਇਹਨੇ ਘਰ ਗੱਡੀ ਹਿਲਾਰ ਕੇ ਇਹਨੇ ਦੁਰਵਿਹਾਰ ਕੀਤਾ ਸਾਡੇ ਨਾਲ ਛੋਟਾ ਬੇੜਾ ਸੀ ਮੇਰਾ ਜਗਰੂਪ ਸਿੰਘ ਉਹਨੂੰ ਕਹਿੰਦਾ ਵੀ ਜੋ ਵੀ ਤੁਸੀਂ ਮੈਂ ਬਲੀ ਕਰਾ ਕੇ ਫਿਰ ਇੱਥੇ ਆ ਗਿਆ ਤੁਹਾਡੇ ਨਵੇਂ ਪਿੰਡ ਚੌਂਕੀ 'ਚ ਜੋ ਮੇਰਾ ਕੋ ਹੁੰਦਾ ਮੈਂ ਕਰੂੰਗਾ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲਿਓ ਜੋ ਪੁੱਟਣਾ ਮੇਰਾ ਪੁੱਟ ਸਕਦੇ ਜੋ ਇਹਨੇ ਦੁਰਵਿਹਾਰ ਕੀਤਾ ਅਸੀਂ DSP ਸਾਹਿਬ ਨੂੰ ਉਸੇ ਵਾਰ ਤੁਰੰਤ ਕਾਲ ਕੀਤੀ ਵੀ DSP ਸਾਹਿਬ ਆਹ ਗੱਲਾਂ ਅਤੇ ਆਹ ਬਾਤ ਜੋ ਅਤੇ DSP ਸਾਹਿਬ ਨੇ ਕਿਹਾ ਵੀ ਤੁਸੀਂ ਤੁਰੰਤ ਇੱਥੇ ਆ ਜਾਓ ਅਤੇ ਅਸੀਂ ਆਖਿਆ ਸਰ ਸਾਡੇ ਘਰ ਮੋੜਵੀਂ ਮਕਾਨ ਆਈ ਆ ਅਤੇ ਅਸੀਂ ਕੱਲ੍ਹ ਆਵਾਂਗੇ ਇਹਨਾਂ ਕਿਹਾ ਵੀ ਕੱਲ੍ਹ ਆ ਜਾਓ ਫਿਰ SSP ਸਾਹਿਬ ਨੂੰ ਫੋਨ ਕੀਤਾ SSP ਸਾਹਿਬ ਨੇ ਫੋਨ ਨਹੀਂ ਚੁੱਕਿਆ ਸਾਡਾ SP ਹੈੱਡਕੁਆਟਰ ਸਾਹਿਬ ਨੂੰ ਕੀਤਾ ਅਤੇ ਉਹਨਾਂ ਨੂੰ ਵੀ ਇਹੋ ਗੱਲਾਂ ਦੱਸੀਆਂ ਵੀ ਇਹਨੇ ਇਸ ਤਰ੍ਹਾਂ ਸਾਡੇ ਰਿਸ਼ਤੇਦਾਰ ਆਏ ਸਾਡੀ ਬੇਇੱਜ਼ਤੀ ਕਰਕੇ ਗਿਆ ਘਰੇ ਅਤੇ ਜੋ ਬਣਦੀ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ ਜੀ ਭਾਅ ਜੀ ਨਵੇਂ ਪਿੰਡ ਦਾ ਜਿਹੜਾ ਮਾਮਲਾ ਵਾ ਅਤੇ ਉਹਦੇ ਬਾਰੇ ਜਿਹੜਾ ਦੱਸੋ ਕੀ ਮਾਮਲਾ ਹੈਗਾ ਤੁਹਾਡੇ 'ਤੇ ਬਲੇਮ ਲੱਗ ਰਿਹਾ ਕਿ ਤੁਸੀਂ ਗਾਂ ਬੰਦਾ ਕੋਈ ਬੋਲਿਆ ਸਰ ਜੀ ਇਹ ਸਾਬਕਾ ਸਰਪੰਚ ਜਗਤਾਰ ਸਿੰਘ ਮਕਾਂ ਦੇ ਨਵੇਂ ਪਿੰਡ ਚੌਂਕੀ ਦੇ ਲਾਗੇ ਦਾ ਘਰ ਆ ਠੀਕ ਹੈ ਜੀ ਇਹ ਸ਼ਰਾਬ ਕੱਢਣ ਦਾ ਆਦੀ ਆ ਅਤੇ ਚਾਲੂ ਭੱਠੀ ਬੜੀ ਜੀਤ ਕੋਲ ਮੁਕਦਮਾ ਨੰਬਰ 120 ਆ ਸਹਿਜ ਪਾਰਟੀ ਸਾਡੇ ਨਾਲ ਆ ਮੁਕਦਮਾ ਨੰਬਰ 120/21 ਜੁਰਮ ਕਾਰਡ ਕਚੌਂਦਾ ਸਹਿਜ ਐਕਟ PS ਜੰਡਿਆਲਾ ਇਹਦੇ ਵਿੱਚ ਚਾਲੂ ਭੱਠੀ ਕੋਲ ਫੜੀ ਆ ਸਾਰਾ ਸਮਾਨ ਫੜਿਆ ਵਾ ਬਾਹਰੋਂ ਵੀ ਪਤਾ ਕੀਤਾ ਵੀ ਸ਼ਰਾਬ ਕੱਢਦਾ ਵੇਚਦਾ ਵਾ ਨਾਲ ਸਾਡੇ ਸਹਿਜ ਪਾਰਟੀ ਆ ਇਹ 4 ਦਿਨ ਇਹ ਹਵਾਲਾ 'ਚ ਰਿਹਾ ਵਾ ਇਸੇ ਕਰਕੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਵਾ ਕਿ ਮੈਂ ਹਵਾਲਾ 'ਚ ਰਿਹਾ ਵਾਂ ਇਸ ਕਰਕੇ ਮੇਰੇ 'ਤੇ ਬਲੇਮ ਲਾਉਂਦਾ ਵਾ ਗੱਲ ਕੋਈ ਨਹੀਂ ਆ ਮੈਂ ਸਿਆਣਾ ਪੁਲਿਸ ਅਫਸਰ ਆ ਵੱਖ ਵੱਖ ਚੌਂਕਿਆਂ 'ਚ ਮੈਂ ਇੰਚਾਰਜ 'ਚ ਰਿਹਾ ਵਾਂ ਮੈਂ ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਅਤੇ ਨਾ ਹੀ ਕਦੀ ਮੇਰੀ ਕੋਈ ਇਹੋ ਜਿਹੀ ਸ਼ਿਕਾਇਤ ਆਈ ਆ ਉਹਨਾਂ ਦਾ ਕਹਿਣਾ ਜੀ ਇਹਨਾਂ ਦੀ ਬਦਲੀ ਹੋ ਗਈ ਆ ਅਤੇ ਬਦਲੀ ਦੇ ਗੁੱਸੇ ਦੇ ਵਿੱਚ ਸਾਡੇ ਘਰ ਦੇ ਲਾਗੇ ਆਣ ਕੇ ਬੋਲ ਕੇ ਗਏ ਵੀ ਜੋ ਤੁਸੀਂ ਕਰਨਾ ਕਰ ਲਓ ਮੈਂ ਤਾਂ ਫਿਰ ਇੱਥੇ ਬਦਲੀ ਹੋ ਗਈ ਆ ਦੇਖੋ ਜੀ ਕਿੰਨਾ ਕੁ ਸੱਚ ਆ ਬਦਲੀ ਜਿਹੜੀ ਆ ਉਹ ਸਾਡਾ ਇੱਕ ਪਾਰਟ ਆਫ ਜੋਬ ਆ ਸਾਡਾ ਕੋਈ ਗੱਲ ਨਹੀਂ ਆ ਬਦਲੀਆਂ ਸਾਡੀਆਂ ਹੋਣੀਆਂ ਕਿ ਨਾ ਇਹਨਾਂ ਦੀਆਂ ਹੋਣੀਆਂ ਵਾ ਬਦਲੀ ਸਾਡੀ ਤਾਂ ਕੋਈ ਮੈਨੂੰ ਪਰਵਾਹ ਨਹੀਂ ਆ ਮੈਂ ਤਾਂ ਭਾਵੇਂ ਮੇਰੀ ਇੱਥੋਂ ਵੀ ਹੁਣ ਬਦਲੀ ਹੋ ਜਾਵੇ ਮੈਨੂੰ ਕੋਈ ਗੱਲ ਨਹੀਂ ਆ ਬਦਲੀ 'ਚ ਨਹੀਂ ਕੋਈ ਗੱਲ ਹੈਗੀ ਬਦਲੀਆਂ ਸਾਡੀਆਂ ਹੋਣੀਆਂ ਬਦਲੀਆਂ ਇਹਨਾਂ ਦੀਆਂ ਨਹੀਂ ਹੋਣੀਆਂ ਇਹ ਸਾਡੀਆਂ ਹੋਣੀਆਂ ਵਾ ਜਿਨ੍ਹਾਂ ਨੇ ਮਾੜਾ ਕੰਮ ਕਰਨਾ ਵਾ ਉਹਨਾਂ ਦੇ ਖਿਲਾਫ ਮੈਂ ਬਿਲਕੁਲ ਸਖਤ ਐਕਸ਼ਨ ਲੈਂਦਾ ਵਾਂ ਅਤੇ ਨਾ ਹੀ ਮੈਂ ਕਦੀ ਇਹਨਾਂ ਨੂੰ ਢਿੱਲ ਵਰਤੀ ਆ ਅਤੇ ਨਾ ਹੀ ਗਾਂ ਵਰਤਣੀ ਆ ਬਦਲੀ ਬੋਲੀ ਦੀ ਮੈਨੂੰ ਕੋਈ ਪਰਵਾਹ ਨਹੀਂ ਜਿਹੜਾ ਬਲੇਮ ਲੱਗਾ ਇਹ ਬੇਮਨਿਆਂ ਦੇ ਜੀ ਇਹ ਬਿਲਕੁਲ ਬੇਮਨਿਆ ਹੋਇਆ ਜੀ ਮੈਂ ਸਿਆਣਾ ਪੁਲਿਸ ਅਫਸਰ ਆ ਮੈਂ ਕਦੀ ਇਹ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਪਰਚੇ ਦੀ ਰੰਜਿਸ਼ ਦੇ ਵਿੱਚ ਹੀ ਤੱਕ ਬਿਲਕੁਲ